ਜੇਕਰ ਤੁਸੀਂ 12ਵੀਂ ਪਾਸ ਜਾਂ ਗ੍ਰੈਜੂਏਟ ਹੋ। ਪੜ੍ਹਾਈ ਦੇ ਵਿੱਚ 2 ਤੋਂ 4 ਸਾਲ ਦਾ ਗੈਪ ਹੈ। IELTS ਨਹੀਂ ਕੀਤੀ ਜਾਂ ਕੀਤੀ ਸੀ, ਰਿਕੁਆਇਰਡ ਬੈਂਡ ਸਕੋਰ ਨਹੀਂ ਆਇਆ। ਜੇ ਇੰਗਲਿਸ਼ ਦੇ ਵਿੱਚ 60% ਨੰਬਰ ਹੈਗੇ ਆ, ਤੁਸੀਂ ਆਪਣਾ UK ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। 2020 ਤੋਂ UK ਦੇ ਵਿੱਚ ਪੋਸਟ ਸਟੱਡੀ ਵਰਕ ਵੀਜ਼ਾ ਮਿਲੇਗਾ, ਜਿਹੜਾ ਵੀ ਸਟੂਡੈਂਟ ਆਪਣੀ ਪੜ੍ਹਾਈ ਪੂਰੀ ਕਰੇਗਾ। ਸੋ ਬਿਨਾਂ ਕਿਸੇ ਗੈਪ ਦੇ ਡਰ ਤੋਂ, ਬਿਨਾਂ IELTS ਦੇ, ਬਿਨਾਂ ਕਿਸੇ ਹੋਰ ਰਿਫਿਊਜ਼ਲ ਦੇ ਡਰ ਤੋਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਜਨਵਰੀ ਇਨਟੇਕ ਲਈ, UK ਦੇ ਵਿੱਚ ਜਨਵਰੀ ਇਨਟੇਕ ਲਈ ਆਪਣਾ ਵੀਜ਼ਾ ਅਪਲਾਈ ਕਰੋ। ਹੁਣੇ ਡਾਕੂਮੈਂਟ ਚੱਕੋ, ਓਮ ਗਲੋਬਲ ਦੇ ਸਟੂਡੈਂਟ ਵੀਜ਼ਾ ਸੈਮੀਨਾਰ ਕਮ ਅਵੇਅਰਨੈਸ ਕੈਂਪੇਨ ਦਾ ਹਿੱਸਾ ਬਣੋ। ਵੱਖਰੇ ਵੱਖਰੇ ਸ਼ਹਿਰਾਂ ਵਿੱਚ ਪੰਜਾਬ ਦੇ ਤੁਹਾਡੇ ਕੋਲ ਮੌਕਾ ਆਪਣੇ ਡਾਕੂਮੈਂਟ ਅਸੈਸ ਕਰਨ ਦਾ, ਔਨ ਸਪੋਟ ਐਡਮਿਸ਼ਨਸ ਅਪਲਾਈ ਕਰਨ ਦਾ। ਵਧੇਰੇ ਜਾਣਕਾਰੀ ਲਈ ਕਾਲ ਕਰੋ 9161 9167।